ਪਿਛਲੇ ਗੇੜ ਦੀ ਹਸਪਤਾਲ ਲੈ ਕੇ ਜਾਓ ਯਾਰ ਸਕੂਟਰ ਚੱਕਾ ਸਕੂਟਰੀ ਬਾਅਦ ਚੁੱਕਾ ਲੈਣੇ ਦੋ ਮਿੰਟ ਤੁਸੀਂ ਉਹ ਬਾਅਦ ਚੱਕਦੇ ਆਪਾਂ ਤੁਸੀਂ ਹਸਪਤਾਲ ਤੋਂ ਜਾਓ ਫਸਟ ਏਡ ਦਾ ਪਿਛਲੇ ਗੇੜ ਚ ਚਲੋ ਚਲੋ ਬੱਚਾ ਕੋਈ ਨੀ ਗਾ ਬੱਚਾ ਨੀ ਸਗੋਂ ਜਦੋਂ ਗਾਲਾਂ ਕੱਢ ਰਹੇ ਸੀ ਇਹਨਾਂ ਨੂੰ ਦੱਸਿਆ ਗਿਆ ਅਸੀਂ ਪਬਲਿਕ ਐਡਰੈਸ ਸਿਸਟਮ ਤੇ ਦੱਸਿਆ ਵੀ ਗੁਰੂ ਘਰ ਦੇ ਵਿੱਚ ਖੜ ਕੇ ਗਾਲਾਂ ਕੱਢਦਾ ਚੰਗਾ ਨਹੀਂ ਲੱਗਦਾ ਗਾ ਇਹਨਾਂ ਨੂੰ ਵਾਰ ਵਾਰ ਅਨਾਊਂਸ ਕਰਕੇ ਮਨਾ ਕੀਤਾ ਤੇ ਜਦੋਂ ਅਲਟੀਮੇਟਲੀ ਬਹੁਤ ਜ਼ਿਆਦਾ ਸਿਰ ਦੇ ਉੱਤੇ ਚੜ ਗਏ ਤੇ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਸ਼ੁਰੂ ਹੋ ਗਈਆਂ ਤੇ ਫਾਇਰ ਹੋ ਗਏ ਸਾਨੂੰ ਲੱਗਿਆ ਕਿਤੇ ਅੰਦਰ ਕੋਈ ਹੋਸਟੇਜ ਫੜਿਆ ਹੋਇਆ ਤੇ ਜਿਹਦੀ ਉਹਨੂੰ ਗੋਲੀ ਮਾਰ ਦਿੱਤੀ ਸਾਰੀ ਫੋਰਸ ਨੇ ਅੰਦਰ ਰਸ਼ ਕੀਤਾ ਰਸ਼ ਕਰਨ ਤੋਂ ਬਾਅਦ ਉਹਦੇ 'ਚ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਹਨੂੰ ਆ ਫੜ ਲਿਆ ਸਾਰਾ ਤੁਸੀਂ ਦੇਖਿਆ ਇਹਨਾਂ ਕੋਲ ਉਹਦੇ 'ਚ ਕੁਛ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜਿਹੜੀਆਂ ਮੈਡੀਕਲ ਚੱਲ ਰਿਹਾ ਉਹਨਾਂ ਨੂੰ ਅਸੀਂ ਉਹ ਲੈ ਕੇ ਜਾ ਰਹੇ ਪਰ ਫਾਇਰ ਆਰਮ ਬੰਦੇ ਮੁਲਾਜ਼ਮਾਂ ਦੇ ਨਹੀਂ ਲੱਗਿਆ ਪਰ ਸਾਨੂੰ ਚੱਲੇ ਵੇ ਕਾਰਟਰੇਜ ਇਹਦੇ ਵਿੱਚ ਕੁਛ ਚੱਲੇ ਵੇ ਹੈਗੇ ਆ ਤੇ ਕੁਛ ਦੂਜੇ ਕਾਰਟਰੇਜ ਆ ਉਹ ਵੈਪਨ ਸਾਨੂੰ ਮਿਲੇ ਆ ਬਾਕੀ ਅਸੀਂ ਨਾਲ ਦੇ ਖੇਤਾਂ ਦੀ ਸਰਚ ਕਰਾ ਰਹੇ ਟੋਟਲ ਮੁਲਾਜ਼ਮ ਕਿੰਨੇ ਜ਼ਖਮੀ ਨੇ ਇਹ ਮੁਲਾਜ਼ਮ ਦਾ ਅਜੇ ਗਿਣਤੀ ਸਰ ਅਰੈਸਟ ਚੋਂ ਜ਼ਖਮੀ ਹੈ ਕੋਈ ਜੀ ਅਰੈਸਟ ਚੋਂ ਜ਼ਖਮੀ ਹੈ ਕੋਈ ਜਿਹੜੇ ਉਹਨਾਂ ਦੇ ਜ਼ਖਮੀ ਹੈ ਜਿਹੜਾ ਵਾਇਰਸ ਤੁਹਾਡੇ ਨਾਲ ਵੀ ਹੈ ਸਾਰਿਆਂ ਲਈ ਹੈ ਪਲੀਜ਼ ਪਿੱਛੇ ਹੋ ਜਾਓ ਰਸਾ ਪਿੱਛੇ ਖਿੱਚੋ ਨਹੀਂ ਪਲੀਜ਼ ਖਿੱਚੋ ਪਿੱਛੇ ਨਾਮ ਤੁਹਾਨੂੰ ਦੱਸ ਦਿੰਦੇ ਸਾਰਿਆਂ ਦੀ ਡਿਟੇਲ ਦੱਸ ਦਿੰਦੇ ਨੌ ਆਦਮੀ ਹੈ ਅਸਲ ਦੇ ਵਿੱਚ ਦੇਖੋ ਜਿਵੇਂ ਸਾਰੇ ਅਫਸਰ ਇੱਥੇ ਪਹੁੰਚੇ ਹੈ
ਸਵੇਰੇ ਸਬਜ਼ੀ ਮੰਡੀ ਸਾਡਾ ਮੇਨ ਮਕਸਦ ਸੋਸ਼ਲ ਡਿਸਟੈਂਸਿੰਗ ਹੁੰਦਾ ਉਹਨੂੰ ਲਾਗੂ ਕਰਾਉਣ ਲਈ ਜਿਹੜੇ ਗਿਣਤੀ ਦੇ ਬੰਦੇ ਅੰਦਰ ਜਾਣ ਤੇ ਗਿਣਤੀ ਦੇ ਬੰਦੇ ਬਾਹਰ ਆਉਣ ਉਹ ਸੋਸ਼ਲ ਡਿਸਟੈਂਸਿੰਗ ਨੂੰ ਕਰਾਉਂਦਿਆਂ ਇਹਨਾਂ ਨੇ ਉੱਥੋਂ ਕਰ ਲਿਆ ਵੱਢ ਕੇ ਉਸ ਤੋਂ ਬਾਅਦ ਵਾਪਸ ਆਏ ਇੱਥੇ ਆ ਕੇ ਤੁਸੀਂ ਦੇਖ ਲਿਆ ਇਹਨਾਂ ਨੇ ਜੋ ਤੁਸੀਂ ਦੇਖ ਲਓ ਹਜੇ ਤੱਕ ਵੀ ਚੱਲਦਾ ਵੈਪਨ ਤਾਂ ਹੁਣ ਇੱਕ ਵਜੇ ਤੱਕ ਵੀ ਹਜੇ ਸਰਚ ਹਜੇ ਵੀ ਚੱਲ ਰਹੀ ਹੈ ਪਿੰਡ ਵਾਲੇ ਇਹਨੂੰ ਕਹਿੰਦੇ ਪਸੰਦ ਨੀ ਕਰਦੇ ਸਾਰਾ ਇਲਾਕਾ ਖਿਲਾਫ ਸਰ ਕੋਈ ਲੇਡੀਜ਼ ਵੀ ਗ੍ਰਿਫਤਾਰ ਹੋਈ ਇੱਕ ਲੇਡੀ ਸਰ ਪੋਪੀ ਪਲਾਂਟ ਕਿੰਨੀ ਕੁ ਏਰੀਆ 'ਚ ਲੱਗਿਆ ਹੋਇਆ ਉਹਨੇ ਪਿੱਛੇ ਪਿੱਛੇ ਬੀਜੇ ਵੇ ਆ ਜਿਹੜੇ ਹੁਣ ਏਰੀਆ ਤੋਂ ਉਹਦਾ ਐਗਜੈਕਟ ਮਿਲਿਆ ਨਹੀਂ ਪਰ ਪਿੱਛੇ ਬੀਜੇ ਵੇ ਆ ਉਹਨੂੰ ਕਹਿ ਦਿਓ ਵੀ ਇੱਕ ਦਹਿਸ਼ਤ ਬਣਾ ਰੱਖੀ ਸੀ ਇਲਾਕੇ 'ਚ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਸੀ ਸਾਰਾ ਇਲੀਗਲੀ ਕਾਰਵਾਈ ਚੱਲ ਰਹੀ ਸੀ ਇਹਨਾਂ ਦੇ ਪਾ ਜਿਹੜੇ ਵੈਪਨ ਪਏ ਵੇ ਆ ਹੁਣ ਅੰਦਰ ਕਿਸੇ ਨੂੰ ਕੀ ਪਤਾ ਵੀ ਕੀ ਵੈਪਨ ਪਏ ਆ ਫੋਟੋ ਕਰ ਦਿਓ ਪਰ ਇਹਦੇ ਵਿੱਚ ਜਿਵੇਂ ਪੁਲਿਸ ਸਾਡੀ ਪੁਲਿਸ ਨੇ ਜੋ ਵੀ ਬੈਸਟ ਉਹਦੇ ਚੋਂ ਕੀਤਾ ਸਾਡੇ ਸਾਰੇ ਅਫਸਰ ਸਾਨੂੰ ਆਈ ਸਾਹਿਬ ਆਏ ਆ ਸਪੈਸ਼ਲੀ ਪੁਲਿਸ ਨੂੰ ਸ਼ਾਬਾਸ਼ ਦੇਣ ਆਏ ਆ ਤੇ ਸਾਰੀ ਟੀਮ ਨੂੰ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਬਹੁਤ ਚੰਗੇ ਢੰਗ ਨਾਲ ਆਪਰੇਸ਼ਨ ਹੋ ਗਿਆ ਕਿਸੇ ਦਾ ਕੋਈ ਮੁਲਾਜ਼ਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਨੂੰ ਦੁੱਖ ਹੈ ਸਾਡਾ ਇੱਕੋ PGI ਉਹਦਾ ਸਰਜਰੀ ਚੱਲ ਰਹੀ ਹੈ ਜਿਹਦਾ ਹੱਥ ਕੱਟਿਆ ਗਿਆ ਹੱਥ ਬਿਲਕੁਲ ਲੈ ਗਿਆ ਸੀ ਨਾਲ ਸਰ ਫੜ ਕੇ ਦਿਖਾ ਦਿਓ ਇਹਦੇ ਅੰਦਰ ਸਰ ਚੱਲਦੀ ਹੈ ਮੇਰੀ ਰਿਕੁਐਸਟ ਹੈ ਕੋਈ ਚੀਜ਼ ਵਿੱਚੋਂ ਅਰਾ ਪਰਾ ਹੋ ਗਈ ਇੱਕ ਤੁਹਾਨੂੰ ਕੈਸ਼ ਕਿੱਥੇ ਉਹਨੂੰ ਕੈਸ਼ ਸੀਗਾ ਉਹਦੇ ਕੁਛ ਕੈਸ਼ ਹੈ ਉਹਨੂੰ ਦਿੰਦੇ ਆ ਉਹ ਪਤਾ ਨੀ ਕਿੰਨਾ ਕੈਸ਼ ਹੈ ਅਮਾਊਂਟ ਉਹਦਾ ਪਤਾ ਨੀ 4-5 ਲੱਖ ਰੁਪਏ ਹੋਣਾ ਹੁਣ ਮੈਂ ਤੁਹਾਨੂੰ 5 ਕਹਿੰਦਾ ਮੁੜ ਕੇ 3 ਨਿਕਲਿਆ ਤੁਸੀਂ ਕਹਿੰਦੇ ਦਿਓ ਵੈਸੇ ਬਾਜੀ ਥੈਂਕ ਯੂ ਖਿੰਡ ਜਾਓ ਜੀ ਹੁਣ